ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮੋਗੇ ਤੋਂ ਡਾਕਟਰ ਅਮਰੀਕ ਸਿੰਘ ਕੰਡਾ। ਤੁਸੀਂ ਮੇਰੇ ਪ੍ਰੋਗਰਾਮ ਅਕਸਰ ਰੇਡੀਓ 'ਤੇ ਸੁਣਦੇ ਰਹਿੰਦੇ ਹੋ ਅਤੇ ਮੇਰੇ ਹੈਲਥ ਨਾਲ ਰਿਲੇਟਡ ਆਰਟੀਕਲਸ ਅਖਬਾਰਾਂ ਵਿੱਚ, ਮੈਗਜ਼ੀਨਾਂ ਵਿੱਚ ਪੜ੍ਹਦੇ ਰਹਿੰਦੇ ਹੋ। ਸੋ ਸਿਹਤ ਸੰਬੰਧੀ ਹਰ ਰੋਜ਼ ਤੁਹਾਡੇ ਲਈ ਮੈਂ ਕੁਛ ਨਾ ਕੁਛ ਯੂਟਿਊਬ 'ਤੇ ਵੀ ਪਾਉਂਦਾ ਰਹਿੰਦਾ, ਔਰ ਮੈਂ ਇੱਕ ਤੁਹਾਡੇ ਲਈ ਪੇਜ ਬਣਾਇਆ ਹੈ ਫੇਸਬੁੱਕ 'ਤੇ, ਡਾਕਟਰ ਅਮਰੀਕ ਸਿੰਘ ਕੰਡਾ। ਉੱਥੇ ਤੁਸੀਂ ਹਰ ਰੋਜ਼ ਮੇਰੇ ਅਖਬਾਰਾਂ ਦੇ ਵਿੱਚ ਛਪ ਰਹੇ ਆਰਟੀਕਲਸ ਪੜ੍ਹ ਸਕਦੇ ਹੋ। ਨਵੇਂ ਨਵੇਂ ਨੁਸਖੇ ਜਿਹੜੇ ਹੈਗੇ ਤੁਸੀਂ ਉਹ ਉੱਥੋਂ ਉਤਾਰ ਸਕਦੇ ਹੋ ਅਤੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਠੀਕ ਰੱਖ ਸਕਦੇ ਹੋ। ਅੱਜ ਕੱਲ੍ਹ ਬਰਸਾਤਾਂ ਦਾ ਮੌਸਮ ਹੈ, ਸੋ ਬੈਕਟੀਰੀਅਲ ਇਨਫੈਕਸ਼ਨ ਬਹੁਤ ਹੁੰਦੀ ਹੈ ਇਹਨਾਂ ਮੌਸਮ ਦੇ ਵਿੱਚ। ਉਹਦੇ ਕਾਰਨ ਕੀ ਹੈ ਵੀ ਜਦੋਂ ਬਰਸਾਤ 'ਚ ਜਿਹੜਾ ਤਾਪਮਾਨ ਆ ਉਹ 'ਚ ਤਬਦੀਲੀ ਆਉਂਦੀ ਹੈ, ਹਵਾ ਵਿੱਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ, ਨਮੀ ਕਾਰਨ ਚਮੜੀ 'ਤੇ ਇਸ ਦਾ ਸਿੱਧਾ ਅਸਰ ਪੈਂਦਾ। ਇਸ ਮੌਸਮ 'ਚ ਚਮੜੀ ਸੰਬੰਧੀ ਰੋਗ, ਇਨਫੈਕਸ਼ਨ ਅਤੇ ਜਲਣ ਆਦਿ ਦਾ ਖਤਰਾ 10 ਗੁਣਾ ਵੱਧ ਜਾਂਦਾ। ਸੋ ਇਸ ਦੌਰਾਨ ਹਵਾ ਵਿੱਚ ਮੌਜੂਦ ਨਮੀ ਸਰੀਰ ਵਿੱਚ ਤੇਲ ਦੀ ਮਾਤਰਾ ਵਧਾਉਂਦੀ। ਸੋ ਦੋਸਤੋ, ਇਹਦੇ 'ਚ ਕੀ ਹੈ, ਇੱਕ ਤਾਂ ਤੁਸੀਂ ਇਹਦਾ ਮਤਲਬ ਕੀ ਹੈ, ਤੁਸੀਂ ਪਰਹੇਜ਼ ਕੀ ਕਰਨੇ ਨੇ। ਇੱਕ ਤਾਂ ਸਫਾਈ ਦਾ ਵੱਧ ਤੋਂ ਵੱਧ ਧਿਆਨ ਰੱਖੋ, ਜਦੋਂ ਨਹਾਉਂਦੇ ਹੋ ਤੁਸੀਂ ਸਾਰੇ ਸਰੀਰ 'ਤੇ ਚੰਗੀ ਤਰ੍ਹਾਂ ਸਾਬਣ ਲਗਾਓ, ਅਤੇ ਜਿਹੜੀਆਂ ਔਰਤਾਂ ਹੈਗੀਆਂ ਉਹ ਗੰਧਕ ਵਾਲਾ ਸਾਬਣ ਵੀ ਹੈਗਾ ਜਿਹੜਾ ਤੁਸੀਂ ਲਾ ਸਕਦੇ ਹੋ, ਔਰ ਬਾਹਰਲਾ ਤਲਿਆ ਹੋਇਆ ਭੋਜਨ ਨਾ ਖਾਓ ਇਹਨਾਂ ਇਸ ਮੌਸਮ 'ਚ। ਔਰ ਜਿਹੜੇ ਵਾਲ ਹੈਗੇ ਜਦੋਂ ਤੁਸੀਂ ਧੋਣੇ ਉਹਨਾਂ ਨੂੰ ਸੁਕਾ ਲਓ, ਨਹੀਂ ਤਾਂ ਉਹਦੇ 'ਚ ਬੈਕਟੀਰੀਅਲ ਐਂਟੀ ਇਨਫੈਕਸ਼ਨ ਹੋ ਜਾਂਦੀ ਹੈ। ਸੋ ਉਹ ਬੜੀ ਆਮ ਹੀ ਗੱਲ ਹੈ ਇਹ ਜਿਹੜੀ ਇਹ ਮੌਸਮ ਦੇ ਵਿੱਚ ਹੋ ਜਾਂਦੀ ਹੈ। ਚਲੋ ਖੈਰ, ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣ ਜਾ ਰਿਹਾ ਸੀਗਾ ਵੀ ਜੇ ਆਪਾਂ ਉਹਨੂੰ ਦੇਖਿਆ ਜਾਵੇ, ਬਹੁਤ ਸਾਰੀਆਂ ਮਾਰਕੀਟ 'ਚ ਦਵਾਈਆਂ ਮਿਲਦੀਆਂ ਨੇ ਜਿਹੜੀਆਂ ਇੰਗਲਿਸ਼ ਮੈਡੀਸਨ ਆ, ਇਹ ਆ ਉਹ ਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਸੋ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਨੀ ਹੈ, ਤੁਸੀਂ ਇਲੈਕਟ੍ਰੋ ਹੋਮੋਪੈਥੀ ਦੀ ਇੱਕ ਦਵਾਈ ਆਉਂਦੀ ਹੈ, ਇਲੈਕਟ੍ਰੋ ਹੋਮੋਪੈਥੀ ਦੀ S1 S10, ਅਤੇ ਇੱਕ ਹੈਗੀ ਆ C5 ਅਤੇ S5, ਤੁਸੀਂ ਇਹ ਲੈ ਸਕਦੇ ਹੋ, ਤੁਹਾਨੂੰ ਕਿਸੇ ਕਿਸਮ ਦੀ ਕੋਈ ਵੀ ਚਮੜੀ ਦੀ ਪ੍ਰੋਬਲਮ ਨਹੀਂ ਹੋਏਗੀ। ਇਹ 100% ਹੈ, ਕਿਉਂਕਿ ਇਹ ਇਲੈਕਟ੍ਰੋ ਹੋਮਪੈਥੀ ਦੀਆਂ ਦਵਾਈਆਂ, ਉਹਦੇ 'ਚ ਨਾ ਤਾਂ ਕੋਈ ਕੈਮੀਕਲ ਹੈ, ਨਾ ਉਹ 'ਚ ਕੋਈ ਅਲਕੋਹਲ ਹੈ, ਨਾ ਉਹ 'ਚ ਕੋਈ ਕਾਰਬਨ। ਸੋ ਅਸੀਂ ਐਂ ਕਹਿ ਸਕਦੇ ਹਾਂ ਕੋਈ ਇੱਕ ਤਰ੍ਹਾਂ ਦੀ ਅੰਮ੍ਰਿਤ ਹੈ, ਬਹੁਤ ਸਸਤੀਆਂ ਨੇ, ਕੋਈ ਮਹਿੰਗੀਆਂ ਨਹੀਂ, ਐਵੇਂ 100-100, 200-200, 400-400 ਰੁਪਏ ਦੀਆਂ ਦਵਾਈਆਂ ਨੇ। ਸੋ ਇਹ ਤੁਸੀਂ ਆਪਦੇ ਆਪ ਨੂੰ ਅਤੇ ਆਪਦੇ ਪਰਿਵਾਰ ਨੂੰ ਇਸ ਤਰ੍ਹਾਂ ਤੰਦਰੁਸਤ ਰੱਖ ਸਕਦੇ ਹੋ। ਸੋ ਦੋਸਤੋ, ਮੈਂ ਇਹ ਮੇਰੇ ਨਾਲ ਕੋਈ ਸਿਹਤ ਸੰਬੰਧੀ ਗੱਲਬਾਤ ਕਰਨੀ ਹੋਵੇ, ਤੁਸੀਂ ਮੇਰਾ ਮੋਬਾਈਲ ਨੰਬਰ ਹੈ 9855735666, ਔਰ ਮੇਰਾ ਈਮੇਲ ਹੈ askandamoga@gmail.com। ਸੋ ਤੰਦਰੁਸਤ ਰਹੋ, ਖੁਸ਼ ਰਹੋ, ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।